ਕਰਨੀ ਤੇ ਦੋ ਪੁੱਤਰਾਂ ਦੀ ਕੂਕ ਸੁਣੀਂਦੀ ਜਾ ਕੇ ਉਹ ਜਿਬਰਾਈਲ ਨਬੀ ਦੇ ਅੱਗੇ ਅਰਜ਼ੀ ਹੋਇਆ ਆ ਕੇ ਹੋ ਕਿਆ ਫਰਿਸ਼ਤੇ ਯਾ ਮੁਹੰਮਦ ਆਇਆ ਹੁਕਮ ਜਨਾਬੂ ਬਾਰੀ ਫਾਥੀਏ ਭਾਈ ਹਰਨੀ ਓ ਕੱਢੋ ਚੱਲ ਅਜ਼ਾਬੂ ਜੀ ਬਾਰੀ ਫਾਥੀਏ ਭਾਈ ਹਰਨੀ ਕੱਢੋ ਚੱਲ ਅਜ਼ਾਬੂ ਇਤਨੇ ਚਿਰ ਵਿੱਚ ਉਹ ਯਹੂਦੀ ਉਹ ਵੇਖੇ ਘਰ ਥੀ ਆਇਆ ਅੱਗੇ ਜਗ੍ਹਾ ਵੀ ਅਰਨੀ ਵਾਲੀ ਪੈਰ ਮੁਹੰਮਦ ਪਾਇਆ ਹੋਏ ਉਸੇ ਨਾਲ ਯਹੂਦੀ ਬੋਲੇ ਤੇ ਕੀ ਕੀਤਾ ਇਚਾਰਾ ਹਰਨੀ ਕੱਢਿਆਂ ਤੇ ਖੁਦ ਫਾਥਾ ਹੋਣਾ ਬੜਾ ਖਲਾਰਾ ਕੇ ਆਖੇ ਹੁਣ ਮਾਰਾਂ ਤੈਨੂੰ ਕੇ ਲਿਆ ਦੇ ਹਰਨੀ ਦੇ ਜਵਾਬ ਦੁਆਂ ਵਿੱਚੋਂ ਤੂੰ ਕਿਹੜੀ ਗੱਲ ਕਰਨੀ ਹੈ ਪਾਕ ਮੁਹੰਮਦ ਤੇ ਨਾਲ ਹਲੀਮੀ ਇਹ ਜਵਾਬ ਸੁਣਾਵੇ ਹੈ ਠਹਿਰ ਤੂੰ ਠਹਿਰ ਜ਼ਰਾ ਇਹ ਦੁੱਧ ਪਿਆ ਕੇ ਹਰਨੀ ਵਾਪਸ ਜਾਵੇ ਓ ਕਿਆ ਯਹੂਦੀ ਮੈਂ ਬਾਬਾ ਸਮਝਾਂ ਕਲਾਂ ਤੇ ਦਲਾਈਆਂ ਜੰਗਲੀ ਚੀਜ਼ਾਂ ਛੁੱਟੀਆਂ ਇੱਥੋਂ ਫੇਰ ਕਦੇ ਨਹੀਂ ਆਈਆਂ ਜੰਗਲੀ ਚੀਜ਼ਾਂ ਛੁੱਟੀਆਂ ਇੱਥੋਂ ਫੇਰ ਕਦੇ ਨਹੀਂ ਆਈਆਂ ਜੇਕਰ ਵਾਦਾ ਕਰੇ ਵਫਾਈ ਨਾਲ ਤੁਹਾਡੇ ਹਰਨੀ ਮੈਂ ਵੀ ਦੀਨ ਤੇਰੇ ਵਿੱਚ ਹੋ ਜਾ ਗੱਲ ਚੰਗੇਰੀ ਕਰਨੀ ਜਿੰਨੀ ਇਹ ਗੱਲ ਸੁਣ ਕੇ ਉਹ ਯਹੂਦੀ ਕਦਮ ਨਬੀ ਦੀ ਜੜਿਆ ਜਿਲੋਂ ਬਜਾਨੂੰ ਓਏ ਮੋਮਨ ਹੋਇਆ ਕਲਮਾ ਸੋਹਣਾ ਪੜਿਆ ਜਿਲੋਂ ਬਜਾਨੂੰ ਮੋਮਨ ਹੋਇਆ ਤੇ ਕਲਮਾ ਤੈਯਬ ਪੜਿਆ।